14 ते 15 अक्टूबर नूं कहिंदे कि शाम नूं अखाड़ा लगू बब्बू मारदा आओ बला चौर विच पैणिया कबड्डी आ आओ 14 ते 15 तरीक नूं गुज्जर कबड्डी कप खेडिया जावेगा। ਅਫਸ਼ਾ ਲੱਗਿਆ ਕਿੰਨੇ ਕੁ ਫੋਨ ਆਉਂਦੇ ਰੋਜ਼? ਮੈਂ ਕਹਿੰਦਾ ਭਾਜੀ ਬਈ ਪਰਸੋਂ ਦਾ ਜਦੋਂ ਦਾ ਪੋਸਟਰ ਇੱਕ ਮਤਲਬ ਗਲਤ ਕਹਿ ਲਓ ਉਹ ਅਪਡੇਟ ਵਾਲਾ ਅਪਡੇਟ ਕਰਤਾ ਗਿਆ, ਮਿਸਟੇਕ ਵਾਲਾ ਪੋਸਟਰ ਵੀ ਅਪਡੇਟ ਹੋ ਗਿਆ ਸੀਗਾ ਥੋੜੇ ਟਾਈਮ ਬਾਅਦ, ਉਹ ਵੀ ਕਰਤਾ ਸੀਗਾ ਪਰ ਉਹ ਕੁਛ ਮਿੰਟਾਂ ਦੇ ਵਿੱਚ ਇੰਨਾ ਵਾਇਰਲ ਹੋ ਗਿਆ ਪੋਸਟਰ ਤੇ ਜਿੰਨੇ ਨੰਬਰ ਦਿੱਤੇ ਸੀ ਉਹਨਾਂ ਦੇ ਮਤਲਬ ਰਾਤ ਨੂੰ ਜੇ ਦੇਖੋ ਵੀ ਸਵਿਚ ਆਫ ਕਰਕੇ ਦੋ ਵਜੇ ਸੋਣਾ ਪੈਂਦਾ ਸੀ ਫੋਨ ਦਿਨ ਰਾਤ ਮਾਨ ਸਾਹਿਬ ਦਾ ਕਰੇਜ ਇੰਨਾ ਕੁ ਮਤਲਬ ਲੋਕਾਂ ਨੇ ਜੀ ਜੀ ਜਦੋਂ ਦਾ ਕਰੋਨਾ ਤੋਂ ਪਹਿਲਾਂ ਦਾ ਆਲਮੋਸਟ 2-2.5 ਸਾਲ ਹੋ ਗਏ ਉਹਨਾਂ ਸ਼ੋਅ ਨਹੀਂ ਦਿੱਤੇ ਜੀ ਜੀ ਤੇ ਵੈਸੇ ਵੀ ਉਹ ਸਾਨੂੰ ਨੂੰ ਸਮਾਂ ਪਤਾ ਹੈ ਦੇਸੀ ਗੁੜ ਵਾਂਗ ਲਾਭਦਾਇਕ ਹਮ ਨਾਇਕ ਨਹੀਂ ਹਲ ਨਾਇਕ ਹੂੰ। ਸਾਨੂੰ ਨੀ ਕਲਿੱਕਾਂ ਪੈਂਦੀਆਂ ਸਾਨੂੰ ਨੀ ਕਲਿੱਕਾਂ ਪੈਂਦੀਆਂ ਸਾਨੂੰ ਹੁੰਦੇ ਨੀ ਵਿਊ ਸਰਕਾਰ ਖਾੜਿਆਂ ਦਾ ਕੱਠ ਦੱਸਦਾ ਖਾੜਿਆਂ ਦਾ ਕੱਠ ਦੱਸਦਾ ਕੌਣ ਕਿੰਨੇ ਕੁ ਪਾਣੀ ਚ ਮੁਟਿਆਰ ਹੈ ਸਾਨੂੰ ਨੀ ਕਲਿੱਕਾਂ ਪੈਂਦੀਆਂ ਮੇਰੇ ਫੈਨ ਮੇਰੇ ਵਰਗੇ ਵਾਜ ਮਾਰਦਾ ਤਾਂ ਪਾ ਦਿੰਦੇ ਖੋਰੂ ਹੇਟਰ ਵੀ ਖਾਣ ਗਸ਼ੀਆਂ ਬਹਿ ਕੇ ਨੈੱਟ ਤੇ ਵਜਾਉਂਦੇ ਡੋਰੂ ਜਾਂ ਨੱਚਦੇ ਜਨੂਨੀ ਮਿੱਤਰੋ सिर्फ नाम नहीं ब्रांड है ब्रांड ਕਬੱਡੀ ਕੱਪ ਦੀ ਵੀ ਬੜੀ ਚਰਚਾ ਸੀ ਮੇਰੇ ਵੀਰੋ ਕਿ ਜਿਹੜੀ ਬੰਦੇ ਦਾ ਸਿਰ ਘੁਮਾ ਕੇ ਸੁੱਟ ਲਈ ਉਹਦੇ ਚ ਬੋਲਦਾ ਕਮਾਦ ਹੁੰਦਾ ਏ। ਅੱਜ ਬੱਬੂ ਮਾਨਦੜ ਵਿੱਚ ਦੱਸ ਗਿਆ ਉਸਤਾਦ ਉਸਤਾਦ ਹੁੰਦਾ ਏ, ਅੱਜ ਬੱਬੂ ਮਾਨਦੜ ਵਿੱਚ ਦੱਸ ਗਿਆ ਉਸਤਾਦ ਉਸਤਾਦ ਹੁੰਦਾ ਏ। ਓਪਨ ਪਜੈਰੋ ਵਿੱਚ ਡੈਕ ਵੱਜਦਾ ਮਨ ਦਾ ਮੁੰਡਾ ਨਾ ਦੇਖ ਦੇਖ ਰੱਜਦਾ ਪਜੈਰੋ ਵਿੱਚ ਡੈਕ ਵੱਜਦਾ ਮਨ ਦਾ ਮੁੰਡਾ ਨਾ ਦੇਖ ਦੇਖ ਰੱਜਦਾ ਕੌਣ ਗਲੇ ਦੀ ਟੀ ਸ਼ਰਟ ਦੇ ਨਾਲ ਪੱਗ ਨੀ ਬੰਨੀ ਦੀ ਇੱਕ ਅੱਧਾ ਜੇ ਚੱਲ ਜਾਵੇ ਗੀਤ ਫਿਰ ਹਵਾ ਨੀ ਮੰਨੀ ਦੀ ਹੋ ਭੈਣ ਕਣੀਆਂ ਫਰਾਕ ਮੇਰੀ ਬਿਜਲੀ ਚੁਬਾਰੇ ਵਿੱਚੋਂ ਬੋਲ ਹੈ ਨੀ।